नाम मिले ताजीवान, नानक नाम मिले ताजीवान, नाम मिले ताजीवान, नानक नाम मिले ताजीवान, नाम ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਹੋਏ
ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੱਗੇ ਜੁਗਰਦਾਰ ਜੀ ਛਿੰਨਣ ਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਕੰਤ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਤ ਆਪ ਜੀਆਂ ਦੇ ਦਰ ਕਰਦੇ ਸਿੱਖ ਸਰਦਾਰ ਗੁਰਿੰਦਰ ਸਿੰਘ ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਸੰਸਾਰ ਦੀ ਯਾਤਰਾ ਕਰਦੇ ਸਤਿਗੁਰ ਜੀ ਬਿਆਨ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾਵਾਂ ਕਰਦਿਆਂ ਬਿਆਨ ਫੁੱਲਾਂ ਹੁੰਦੀਆਂ ਜਾਣ ਲੱਗੇ ਸਿੱਖੀ ਵੱਲ ਕਰਨਾ ਅੱਗੇ ਤੂੰ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਸਤਿਗੁਰ ਜੀਓ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨਾ ਤਿਲ ਫੁਲ ਤੇ ਧਾਨਾ ਪ੍ਰਵਾਨ ਕਰਨਾ ਸਮੁੱਖ ਇਲਾਕਾ ਨੂੰ ਅਸੀਂ ਸੰਗਤਾਂ ਤੇ ਮੇਲ ਪ੍ਰਯਤ ਰੱਖਣਾ ਸਤਿਗੁਰ ਜੀ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਕਰੋ ਕਿਰਪਾ ਸਤਿਗੁਰੂ ਜੀ ਪਾਵਨ ਪਵਿੱਤਰ ਫਰਮਾਨ ਦੀ ਦਾਤ ਕੋਸ਼ਿਸ਼ ਕਰੋ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਣਾਮ ਚ ਤਿਆ ਹੋਇਆ ਨਾਨਕ ਨਾਮ ਜੜਦੀ ਕਲਾ ਮੇਰੇ ਪ੍ਰਾਣ
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਰਾਰਿਆਂ ਦਾ ਧਿਆਨ ਤਰ ਖਾਲਸਾ ਦੇ ਬੋਲਣਾ ਜੀ ਵਾਹਿਗੁਰੂ ਚਾਰ ਸਰ ਜਾਗੇ ਚਾਲੀ ਰੱਖਣਾ ਦੱਸਣਾ ਸੱਚਣਾ ਦਾ ਨਾਮ ਦੱਸਿਆ ਗੁਰਦੁਆਰਿਆਂ ਸੁਧਾਰਿਤ ਕੁਰਬਾਨੀਆਂ ਕੀਤੀਆਂ ਧਰਮ ਸਿੱਖੀ ਤਿਨਾ ਪਿਆਰਿਆਂ ਸਚਾਰਿਆਂ ਸ਼ਹੀਦਾਂ ਮਿੱਤਾਂ ਸੰਤਾਂ ਧੰਦਿਆਂ ਦੀ ਕਮਾਈ ਦਾ ਧਿਆਨ ਤਾਂ ਖਾਲਸਾ ਦੀ ਬੋਲਣਾ ਦੀ ਪੰਥੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਤੇ ਹੋਰ ਬਾਜੀ ਬੋਲਣਾ ਦੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਬਹਿਤ ਦਾਨ ਵੇਖ ਦਾਨ ਤੋਂ ਸਾਰਾ ਹੈ ਦਸਾਲ ਦਾ ਨਾਮ ਦਾ ਨਾਨਾ ਸਿੱਖਣਾ ਸ੍ਰੀ ਅੰਮ੍ਰਿਤਸਰ ਨੂੰ ਸੁਨਾਮ ਧਰਮ ਦਾ ਜ਼ਿਆਦਾ ਕਲਾ ਦੋਨਾਂ ਦੀ ਵਾਹਿਗੁਰੂ ਮਹਾਤਮਾ ਦੇ ਆ ਕੇ ਆਪ ਹੋਇਆ
सब में दे दया सा
Thank you.
ਸਰੀਰ ਦਾ ਸਵਾਲ ਹੈ ਰਹਿਣ ਨਾ ਪਾਵੇ ਸੋਰ ਨਾਲ ਦੇਵਾ ਦੇਵੀ ਦੇਵਤੇ ਤੇ ਮਨੁੱਖ ਕੋਈ ਵੀ ਦੁਨੀਆਂ ਤੇ ਸਦਾ ਫਿਰ ਰਿਹਾ ਨਹੀਂ ਨਾ ਕਿਸੇ ਨੇ ਰਹਿਣਾ ਸਧਾਰੇ ਕਰ ਮੁਨੀ ਜਨ ਸੇਵਾ ਵੱਡੇ ਵੱਡੇ ਰਿਸ਼ੀ ਮੁਨੀ ਆਏ ਜਿਨ੍ਹਾਂ ਨੇ ਸੇਵਾ ਤੇ ਸਿਮਰਨ ਦਾ ਜੀਵਨ ਬਤੀਤ ਕੀਤਾ ਉਹ ਵੀ ਚਲੇ ਗਏ ਪਰ ਗੁਰੂ ਮਹਾਰਾਜ ਕਹਿੰਦੇ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜੀਵਤ ਪੇਖੇ ਇੱਕ ਤੇ ਸੰਸਾਰ ਐਸਾ ਹੈ ਗ੍ਰਹਿਣ ਨਾ ਪਊ ਪਈ ਹੈ ਦੂਸਰੇ ਪਾਸੇ ਐਸਾ ਸੰਸਾਰ ਹੈ ਜੀਵੇ ਵੀ ਰਹਿ ਜਾਂਦੇ ਨਾਮ ਜੀਵਤ ਪੇਖੇ ਜਿਨੀ ਹਰ ਹਰ ਇਹਦੇ ਨਾਲ ਕੋਈ ਰਹਿ ਸਕਦੇ ਇਹ ਬੰਦਾ ਗਰੀਬ ਹੈ ਇਹਦੇ ਨਾਲ ਉਤਰ ਸਕਦੇ
ਧਨਵੰਤ ਤਾਂ ਨਿਰਧਨ ਮਰੇ ਤਾਂ ਕੀ ਕਸ਼ੂਨਾ ਤਾਨੀ ਏ ਬਹੁਤ ਉੱਚੀ ਚੁੱਕਣੇ ਕਿਸੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿਡਾਨੀ ਰੇ ਇੰਨਾ ਬਲੀ ਹੈ ਕਾਲ ਮੌਤ ਇੰਨੀ ਮਹਾਨ ਹੈ ਬੰਦੇ ਨੂੰ ਪੂਰੇ ਜਿੰਨੀ ਸ਼ਕਤੀ ਮਾਨਸਾ ਪ੍ਰਭ ਮੂਸਾ ਕਿਹਨੂੰ ਬੀਚ ਮਿਲਈ ਆ ਕਈ ਹੈ ਤੇ ਕਾਲ ਕੋਲ ਬਿੱਲੇ ਜਿੰਨੀ ਸ਼ਕਤੀ ਤੇ ਹੁਣ ਸਾਧ ਸੰਗਤ ਦੀ ਬਾਣੀ ਮੁਤਾਬਕ ਵਿਚਾਰ ਕੇ ਵੇਖੋ ਜਿਹੜਾ ਤੇ ਬੰਦਾ ਸਿਰਫ ਸੰਸਾਰੀ ਰਹਿ ਜਾਂਦਾ ਉਹਦੇ ਕੋਲ ਜਿੰਨੀ ਸ਼ਕਤੀ ਰਹਿੰਦੀ ਹੈ ਤੇ ਜਿਹੜਾ ਸੇਵਾ ਸਿਮਰਨ ਵਾਲਾ ਹੁੰਦਾ ਹੈ ਉਹਦੇ ਕੋਲ ਸਰੀਰ ਵਾਲੀ ਸ਼ਕਤੀ ਵੀ ਆ ਜਾਂਦੀ ਹੈ ਜਿੰਨੇ ਬਾਣੀ ਵਿੱਚ ਭਗਤ ਹੋਏ ਨੇ ਕੋਈ ਮੌਤ ਨੂੰ ਡਰਿਆ ਕੋਈ ਨੀ ਡਰਿਆ ਮੌਤ ਨੂੰ ਕਬੀਰ ਸਾਹਿਬ ਡਰੇ ਨਾ ਮੌਤ ਨੂੰ ਸਰੂ ਕਹਿੰਦੇ ਨੇ ਨਹੀਂ ਕਹਿੰਦੇ ਕਬੀਰ ਮੋਹੇ ਮਰਨੇ ਕਾ ਚਾਵਲ ਹੈ ਮੌਤ ਦੀ ਗੱਲ ਸੁਣ ਲਵੇ ਤੇ ਬੱਚਾ ਦੇ ਕਿਹੜਾ ਯਤਨ ਹੈ ਜਿਹੜਾ ਮਨੁੱਖ ਨੂੰ ਮੌਤ ਬਿਮਾਰੀ ਕਰਕੇ ਵੀ ਆ ਜਾਂਦੀ ਪਰ ਇਲਾਜ ਜਿਹੜਾ ਨਾ ਸਾਰਾ ਸੰਗਤੀ ਰੋਗ ਦਾ ਹੁੰਦਾ ਮੌਤ ਦਾ ਕੋਈ ਇਲਾਜ ਨਹੀਂ ਹੈ ਦੱਸ ਤੇ ਇੱਥੋਂ ਤੱਕ ਕਹਿੰਦਾ ਹੈ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਵੇਖੋ ਮੌਤ ਦੀ ਅਰਦਾਸ ਵੀ ਕੋਈ ਨਹੀਂ ਅਰਦਾਸ ਸਿਰਫ ਤੇ ਸਿਰਫ ਜੀਵਨ ਦੀ ਹੈ ਜੰਮਣ ਮਰਨਾ ਹੁਕਮ ਹੈ ਉਹਨਾਂ ਨੂੰ ਕਬੀਰ ਸਾਹਿਬ ਜੀ ਕਹਿੰਦੇ ਨੇ ਹਰ ਕੇ ਸੇਵਕ
ਸਿੱਖਣ ਦਾ ਹੁਕਮ ਹੈ ਪੁੱਤਰ ਨੂੰ ਕਰੇਂਦੇ ਆ ਜੀਵ ਤੋਂ ਕਮਾਵ ਨੇ ਜੁੜਿਆ ਗਿਆ ਨਾਨਕ ਸਤਿਗੁਰੂ ਭੇਟੀਆ ਪੂਰੀ ਹੋਵੇ ਜੁਗਤ ਪਸੰਦਿਆ ਚਲੰਦਿਆ ਉਹਦੀ ਯਾਤਰਾ ਸਫਲ ਹੋ ਜਾਂਦੀ ਸਫਲ ਸਫਲ ਪਈ ਸਫਲ ਯਾਤਰਾ ਆਉਣ ਜਾਣ ਰਹੇ ਬਿਨ ਸਾਥ ਦੋ ਚੀਜ਼ਾਂ ਮਨੁੱਖ ਦਾ ਸਾਥ ਦਿੰਦੀਆਂ ਨੇ ਇੱਕ ਨੇਕੀ ਪਰਪਕਾਰ ਪਰਪਕਾਰ ਜਿਹੜੀ ਕਰਨ ਵਾਲੇ ਨੂੰ ਪੰਜ ਧਰਮ ਰਾਜ ਇੱਕ ਇਹਦਾ ਬਣਾਇਆ ਹੋਇਆ ਧਰਮ ਰਾਜ ਹੈ ਹਰ ਕਾ ਕੀਜੋ ਹਰ ਜਨ ਸੇਵਕ ਨੇੜ ਨਾ ਆਵੇ ਬਾਣੀ ਵਿੱਚ ਤੇ ਇੱਥੋਂ ਤੱਕ ਲਿਖਿਆ ਹੈ ਕਿਤਨਾ ਦੂਹ ਭੂਖ ਸਦਮਾਰ ਤੇ ਮੁਕੀ ਕਹਿੰਦੇ ਨੇ ਇਹ ਵੀ ਦਾਤ ਤੇਰੀ ਦੁੱਖ ਨੂੰ ਵੀ ਦਾਤ ਸਮਝਣਾ ਭੁੱਖ ਨੂੰ ਵੀ ਦਾਤ ਸਮਝਣਾ ਜਦੋਂ ਦਾਤ ਸਮਝਣ ਲੱਗ ਪੈਂਦਾ ਤੇ ਦਾਤੇ ਨੂੰ ਦੁੱਖ ਵੀ ਕਰ ਲੈਂਦਾ ਫਿਰ ਉਹ ਆਪ ਹੀ ਆਪਣੇ ਚਰਨਾਂ ਵਿੱਚ ਸਮਾ ਲੈਂਦਾ ਪੁੱਤਰ ਲਕਸ਼ਮੀ ਸ਼ਬਦ ਕਰੋ
सकल समग्री तुम तुमते हो जिस डिठे सब दुख जाए तेग बहादुर सिमरै घर नाम दयावे ताए सब थाई हुए सुहाए दसवां पातशाह श्री गुरु गोबिंद सिंह साहिब सब थाई हुए सुहाए दसां पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी जपिया वंड छकिया देव चलाई ते गवार देख के अंकुट कीता तिना प्यारिया सत्यारिया दी कमाई दा ध्यान करके बोलो जी जिन्हां सिंह सिंघणियां ने धर्मे सीस दिते बंद बंद कटाए खोपड़ियां लहाईयां चरखियां ते चढ़े आरियां नाल चिराए गए गुरुद्वारियां दी सेवा लई कुर्बानियां कीतियां धर्म नहीं हारिया सिखी किसां सोसां नाल निभाए तिन्हां दी कमाई दा ध्यान करके खालसा जी बोलो जी ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵ ਚਿਤਿਆਵ ਦਾ ਸਤਿਕਾਰ ਸਭ ਸੁਖੋ ਜਹਾਂ ਖਾਲਸਾ ਸਾਰੇ ਤਹਾਂ ਤਹਾਂ ਰੱਖਿਆ ਰਿਆ ਦੇਵ ਤੇ ਫਤਿਹ ਬਿਰਧ ਕੀ ਪੈਰ ਪੰਥ ਕੀ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੱਗੇ ਜੁਗੋ ਜੁਗ ਅਟਲ ਧਰਮ ਕਾਜੇ ਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਬੰਦਾ ਰੱਖਾ ਗੁਰ ਚਰਨ ਆਪ ਜੀਆਂ ਦੇ ਦਰ ਕਰਦੇ ਸਿੱਖ ਸਰਦਾਰ ਗੁਰਿੰਦਰ ਸਿੰਘ ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਸੰਸਾਰ ਦੀ ਯਾਤਰਾ ਕਰਦੇ ਸਤਿਗੁਰੂ ਜੀ ਬਿਆਨ ਫੁੱਲਾਂ ਸਤਿਗੁਰੂ ਜੀ ਉਹ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਾਰੇ ਸਤਿਗੁਰੂ ਜੀ ਉਹ ਆਪ ਜੀਆਂ ਦੀ ਪਾਪ ਪਵਿੱਤਰ ਹਜ਼ੂਰੀ ਅੰਦਰ ਅਲਾਹੀ ਬਾਣੀ ਦੇ ਕੀਰਤਨ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾਵਾਂ ਕਰਦਿਆਂ ਬਿਆਨ ਫੁੱਲਾਂ ਹੁੰਦੀਆਂ ਅਣਜਾਣ ਬੱਚੇ ਦੁੱਖਾਂ ਦੂਰ ਕਰਕੇ ਪੰਚਮ ਕੜਾ ਪ੍ਰਸ਼ਾਦੀ ਦੇਵ ਸਾਜ ਕੇ ਹਾਜ਼ਰ ਹੈ ਸੋ ਪ੍ਰਵਾਨ ਹੋਈ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਕੋਸ਼ਿਸ਼ ਕਰੋ ਕਰੋ ਕਿਰਪਾ ਸਤਿਗੁਰੂ ਜੀ ਪਾਵਨ ਪਵਿੱਤਰ ਫਰਮਾਨ ਦੀ ਦਾਤ ਕੋਸ਼ਿਸ਼ ਕਰੋ ਸੇ ਪਿਆਰੇ ਮੇਰ ਜਿਨ੍ਹਾਂ ਮਨੈ ਤਣਾਮ ਚ ਤਿਆ ਹੋਇਆ ਨਾਮ ਕਨਾਮ ਜੜ ਦੀ ਕਲਾ ਮੇਰੇ ਪ੍ਰਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੁਹਰਾਇਆ ਗਿਆ ਸਭ ਕੋ ਮਿਲ ਬੋਧ ਹੈ
जो उन्होंने घालना कितिया ने शोर के लफ्जा मैं बेनती करूँगा वो दसन। इस तो बाद एक ही बुलारा सरदार गुरप्रताप सिंह जी मैं कह तो समाप्ति होगी। सो जंग बहादुर सिंह जी संगा साउसकॉन एकादमी संस्था जो साडे मुढ़ले एग्जैक्टिव मैंबर के तौर पर उन्होंने ज्वाइन किया सन 2008 साल और एक एहोजी शख्सियत जिन्होंने चढ़ती कला च किवें खुद रहना है और किवें अपने एसोसीएशन या अपने नालदियां नूं लै के चलना है वो सोच और उन्होंने दर्शाया है। नीलकंठ जी आए ने, राकेश धीमान जी पत्रकार जगबाणी तो आए ने, गुरिंदरजीत सिंह अजीत अखबार तो आए ने, सुरजीत सिंह सरदार सुखजीत सिंह पट्टी साड़ी इस एसोसीएशन के प्रधान आए ने, धनवादी हाँ सरदार परमजीत सिंह भुक्शोर एग्जैक्टिव मैंबर ने, सरदार धवन जी गोल्डी लाइफ मैंबर कॉलेज के ने, पवन गोल्डी गोल्डी जी सोती जी हाँ पवन सोती जी लाइफ मैंबर ने, उन्होंने धनवादी हाँ। दोनों ही कॉलेजों की कॉलेजों स्कूलों समुचे स्टाफ वो सारा आया है। बीबी जसबीर कौर जी जस डेरा स्वामी हीरानंद जी नंगल बिहाला दसूहा तो आए ने, बहुत ही विराग दे विच सन जदों आए अफसोस कर आए ने, अजे दुख वंडन धनवादी हाँ। सुरेंद्र सिंह जी मान दरबार पेपर मिल तो के कट्टड़ एडवोकेट साहब, अश्विनी कोहली जी एम सी नकोदर साहब, पवनजोत सिंह जी ज्ञानी बैंस साहब वो आए ने धनवादी हाँ। मैं से नथू राम हरी राम तो कान जी आए ने धनवादी हाँ। सरबजीत सिंह जी समरा एम डी लोकल एरिया बैंक के आए ने धनवादी हाँ। सरदार तरलोचन सिंह जी सिद्धवा, सरदार बलराज सिंह जी सियाणीवाल तो दो ही बार लिखा गया पहला बोलिया केड़ा मोटर तो आए ने, मलजीत सिंह बटला, सुखदेव सिंह कंग आजाद पास वाले प्रिंसीपल, सुखविंदर सिंह जी रंधावा खालसा कॉलेज सुल्तानपुर तो आए धनवा धनवादी हाँ। किरणदीप धीर प्रधान कौंसल हाँ लोकल कांग्रेस कमेटी, जंग बहादुर सिंह संघा जी बोल के गए ने, युद्धवीर सिंह जी शेरगिल, नरिंद्रजीत सिंह जी वीर महतपुर तो आए ने धनवादी हाँ। डॉक्टर आनंद जी आए ने, जसपाल सिंह जी संघेड़ा, रविंद्रपाल सिंह जी टोनी दैनिक सवेरा तो, चेतक गगन दैनिक भास्कर तो आए ने, कनीत अरोड़ा जी जिस युवराज सिंह जग्गी यूथ अकाली लीडर, गुरु नानक नैशनल पब्लिक स्कूल तो गुरिंदर सिंह संधू संधू जी शोकमता आया है, प्रेस क्लब नकोदर तो भी शोकमता आया है, श्री कृष्णा गौशाला तो भी शोकमता आया है। सारे दे बहुत बहुत धन्यवादी हाँ। हुण मैं साडे इस इलाके की धड़कण अकाली नेता एम एल ए सरदार गुरप्रताप सिंह जी वडाला नूं बेनती करांगा कि वह भी आउण। गुरप्रताप सिंह जी गुरु फतेह प्रवान करे, वाहेगुरू जी का खालसा वाहेगुरू जी की फतेह। कबीरा जब हमारे जगत में जग साथ बनोए, ऐसी करनी कर चले हम से जग रोए। अज आप सारे बहुत ही भरे मन के नाल बड़े दुख भरे समय में अपने पिछड़े हुए वीर दोस्त जितना दलिंदर बड़ी वर्तन शख्सियत सरदार वरिंद्रपाल सिंह जी सोई जी की वर्तन अरदास गुरु ग्रंथ साहब जी के हाथ लड़वा रहे हैं। मित्र दूरों नेड़ों जिन्हें भी आए ने उन्होंने तह दिलों धनवादी हाँ। गुरु महाराज का प्रसाद वरत रहा है वो लैके उस बाद जिन्होंने लंगर नहीं छकया परिवार वालों निमरता सहित बेनती है कि प्रसाद लंगर जरूर छक के जाना जी आया जिन्हें कदम चलते हैं।